स्वागत है किसान वीरो तुहाडा यूट्यूब चैनल सिदक डेयरी फार्मिंग दे विच। किसान वीरो अज की वीडियो एक बार फिर तो पिंड मलूके की है। मलूके पिंड का एड्रैस तुहानू दस दिंदा, इहनू तहसील रामपुरा फूल पैंदी है ते जिला इहदा बठिंडा है। जदों आपां बाजेखाने तो इधर भगता भदौड़ बरनाला रोड ते जाना होवे तां डोड पिंड तो मलूके नू सड़क आउंदी है ते सारा इह 3 किलोमीटर डोड पिंड तो जाणी कह लो मेन रोड तो साइड ते इह पिंड है। सो इस पिंड दे विच पहला भी वीडियो बनाई है आपां, जिवें बाई सुखजीत सिंह बाई जी होरां दा सेल परचेज दा काम आ। पहला भी चैनल उत्ते तुसीं 3-4 वीडियो देखियां है ते जदों इह मझ तुसीं देखी आ ते उदों जाण गए होंगे, क्योंकि इह बूरियां मझां ही खरीद के लैके आउंदे ज़्यादा ते बूरियां मझां ही अगे वेचदे आ। जिहदे विच अज इह सामने जिहड़ी बूरी मझ तुसीं देख रहे हैं इह विकाऊ आ, तोकड़ गब्बण मझ है। इह जिहड़ी सामने मझ देख रहे हैं इह भी झोटी बूरी पर इह घरे रखी हुई है दुध वास्ते। तो जिहड़ी अज आपां झोटी तुहानू दिखावांगे उहदे मगर इह बूरे रंग का कट्टा है, इह झोटी विकाऊ है। सारी डिटेल आपां बाई सुखजीत तों पुछ लांगे ते अगे सारी डिटेल तुहानू देवांगे। वीडियो नू एंड तक जरूर देखियो, चैनल नू भी सबसक्राइब दोस्तों जरूर कर लो जे, क्योंकि जिहड़ा हैगा उहदे नाल फिर तुहानू एक तां वीडियो दा नोटिफिकेशन मिलदा रहूगा, एक वीडियो हरेक तुहाडे तक पहुँचदी रहूगी। आओ आपां बाई जी होरां नाल गल्लबात करते हैं। ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਬਾਈ ਬਾਈ ਜੀ ਆਪਣਾ ਨਾਮ ਇੱਕ ਵਾਰ ਦੱਸੋ ਜੀ। ਨਾਮ ਸੁਖਜੀਤ ਸਿੰਘ ਹੈ ਜੀ। ਠੀਕ ਹੈ ਵੀਰੇ, ਤੇ ਜਿਹੜੀ ਬਾਈ ਜੀ ਇਹ ਬੂਰੀ ਝੋਟੀ ਹੈ ਆਪਣੇ ਕੋਲ, ਇਹਦੇ ਬਾਰੇ ਡਿਟੇਲ ਦੱਸੋ ਜੀ, 99 ਸੂਏ ਸੂਈ ਵੀ ਹੈ। ਇਹੀ ਪਹਿਲੇ ਸੂਏ ਸੂਈ ਵੀ ਹੈ। ਠੀਕ ਹੈ, ਦੂਜੇ ਸੂਏ ਨੂੰ ਇਹ ਤਿਆਰ ਹੋਈ ਜਾਂਦੀ ਹੈ। ਦੂਜੇ ਸੂਏ ਵਾਸਤੇ ਗੱਬਣਾ ਕਿੰਨੇ ਚਿਰ ਦੀ ਗੱਬਣਾ ਹੁਣ? ਗੱਬਣ ਬਾਈ ਇਹ 10 ਤਰੀਕ ਤੋਂ ਇਹਨੂੰ ਜੀ 7ਵਾਂ ਮਹੀਨਾ ਲੱਗ ਜਾਊਗਾ ਜੀ। 10 ਤਰੀਕ ਤੋਂ 7ਵਾਂ ਮਹੀਨਾ, ਯਾਨੀ ਅੱਜ 4 ਤਰੀਕ ਹੈ, ਤਾਂ ਮਤਲਬ ਇਹ ਮੰਨਿਆ ਜਾਊਗਾ ਵੀ 6 ਮਹੀਨੇ ਦੀ ਇਹ ਗੱਬਣ ਹੁਣ ਹੈਗੀ ਆ। ਹਾਂਜੀ ਹਾਂ। ਠੀਕ ਹੈ, ਤੇ ਦੁੱਧ ਹੁਣ ਇਹਦੇ ਥੱਲੇ ਕਿੰਨਾ ਹੈ? ਦੁੱਧ ਉਹਨਾਂ ਦੇ ਕਿੱਲੇ ਤੇ ਮੈਂ 6 ਤੇ ਪਾਸ ਕੀਤੀ ਸੀਗੀ। ਠੀਕ ਹੈ, 4 ਕਿਲੋ ਆਪਣੇ ਘਰੇ ਅੱਜ ਵੀ ਹੈਗਾ ਜੀ ਇਹਦਾ। 4 ਕਿਲੋ ਤੇ ਕਿੱਦਣ ਆਈ ਆਪਣੇ ਘਰੇ? ਇੱਕ ਟਾਈਮ ਹੀ ਚੋਂਦੇ ਆ ਜੀ, ਸ਼ਾਮ ਵਾਲੇ ਮੁਕੇ। ਠੀਕ ਹੈ, ਆਪਣੇ ਘਰੇ ਕਿੱਦਣ ਆਈ ਇਹ? ਆਪਣੇ ਘਰੇ ਆਈ ਨੂੰ ਹੋ ਗਈ 2-3 ਦਿਨ। 2-3 ਦਿਨ ਹੋਏ ਆ। ਹਾਂਜੀ, ਯਾਨੀ ਹਜੇ ਇਹ 4 ਕਿਲੋ ਤੇ ਹੈ। ਹਾਂਜੀ। ਠੀਕ ਹੈ ਬਾਈ, ਤੇ ਥਣਾ ਥੁਣਾ ਦੀ ਸਾਰੀ ਸਹੀ ਹੈ ਬਾਈ? ਚੈੱਕ ਪਾਸ ਹੈ ਸਭ ਕਹੇ ਦੀ ਵੀ ਫੁੱਲ ਚੈੱਕ ਪਾਸ ਹੈ, ਰੂੰ ਵਰਗੇ ਥਾਂ ਹੀ ਪੋਲੇ। ਠੀਕ ਹੈ ਠੀਕ ਹੈ, ਚੁਆਈ ਤਾਂ ਚੁੰਡਕਾਂ ਨਾਲ ਹੀ ਕੱਢੀ ਚਲੋ ਜੀ। ਠੀਕ ਹੈ, ਤੇ ਇਹ ਇੱਕ ਟਾਈਮ ਹੀ ਚੋਣੇ ਆਪਾਂ? ਹਾਂ ਜੀ, ਇੱਕ ਹੀ ਚੋਣੇ ਬਾਈ। ਠੀਕ ਹੈ, ਤੇ ਵੀਰੇ ਇਹਦਾ ਪਤਾ ਕੋਈ ਟੀਕਾ ਵਗੈਰਾ ਕਿਹੜਾ ਭਰਾਇਆ ਵੇ ਇਹਦੇ? ਟੀਕਾ ਵਗੈਰਾ ਬਾਈ ਕੋਈ ਵਧੀਆ ਚੀਜ਼ ਦੇ ਲੱਗਿਆ ਬਾਈ, ਆ ਤਾਂ ਇਹ ਸਰਕਾਰੀ ਕੋਈ ਸੰਬੰਧ ਜ਼ਿਆਦਾ ਚੰਗਾ ਲੱਗਿਆ ਬਾਈ, ਬੂਰੀ ਲੀਲੀ ਚ ਆਉਂਦੀ ਹੈ ਨਾ ਜੀ ਇਹ। ਠੀਕ ਹੈ, ਬੂਰੀ ਲੀਲੀ ਚ ਬਹੁਤ ਜ਼ਿਆਦਾ ਘੱਟ ਮਿਲਦੀ ਆ, ਹੁਣ ਤਾਂ ਮਿਲ ਜਾਂਦੀ ਹੈ ਜੀ। ਠੀਕ ਹੈ, ਬੂਰੀ ਲੀਲੀ ਥੋੜੀ ਔਖੀ ਹੁੰਦੀ ਹੈ ਜੀ। ਠੀਕ ਹੈ ਦੋਸਤੋ, ਇਹ ਬਾਈ ਦੱਸਦਾ ਵੀ ਜਿਹੜਾ ਇਹਦੇ ਟੈਗ ਲੱਗਾ ਇਹ ਇਹਨੂੰ ਉਹਨਾਂ ਮਾਲਕਾਂ ਨੇ ਦੱਸਿਆ ਜਿਨ੍ਹਾਂ ਤੋਂ ਇਹਨਾਂ ਨੇ ਮੁੱਲ ਖਰੀਦੀ ਆ, ਵੀ ਇਹ ਟੈਗ ਜਿਹੜਾ ਉਹ ਸਰਕਾਰੀ ਸੀਮਨ ਭਰਿਆ ਗਿਆ ਇਹਦੇ ਨੀਲੀ ਰਾਵੀ ਦਾ, ਤੇ ਉਦੋਂ ਬਾਅਦ ਚ ਇਹਦੇ ਕੰਨ 'ਚ ਟੈਗ ਪਾਇਆ ਗਿਆ। ਇਹ ਨਹੀਂ ਪਤਾ ਕਿਹੜੇ ਸਾਹਮ ਦਾ ਸੀਮਨ ਸੀਗਾ ਬਾਈ ਜੀ ਹੋਰੀ ਮੁੱਲ ਖਰੀਦਦੇ ਆ ਪਸ਼ੂ। ਬਾਕੀ ਇਹਦੀ ਅੱਖ ਤੁਸੀਂ ਦੇਖ ਸਕਦੇ ਆ, ਨੀਲੀ ਰਾਵੀ ਵਾਲੀ ਅੱਖ ਹੈ ਬਿਲਕੁਲ, ਤੇ ਦੂਜੀ ਅੱਖ ਦੇ ਵਿੱਚ ਥੋੜਾ ਜਿਹਾ ਜਵਾਬ ਹੈ, ਬਾਕੀ ਇਹ ਕਾਲੀ ਹੈ ਇਸ ਅੱਖ ਤੋਂ, ਪਰ ਉਹ ਇਹਦੇ 'ਚ ਜਵਾਬ ਥੋੜਾ ਜਿਹਾ ਮਾਮੂਲੀ ਜਿਹਾ ਹੈਗਾ। ਇੱਕ ਅੱਖ ਬਿਲਕੁਲ ਜਿਹੜੀ ਨੀਲੀ ਰਾਵੀ ਮੱਝ ਦੀ ਹੁੰਦੀ ਉਵੇਂ ਹੈ। ਮੂੰਹ ਮੱਥਾ ਤੁਸੀਂ ਦੇਖ ਲਿਆ, ਸਿੰਘ ਬਹੁਤ ਸੋਹਣੇ ਆ, ਇਹਦੇ ਦੋਨੇ ਕੁੰਡੇ ਸਿੰਘਾਂ ਨਾਲ ਹੀ ਮੁੜੇ ਹੋਏ ਆ, ਤੇ ਬਾਕੀ ਇਹਦੇ ਜਿਹੜੇ ਖੋਰ ਹੈ, ਇਹਦੇ ਪੈਰ ਹੈ, ਉਹ ਵੀ ਦੋਨੇ ਮੂਹਰਲੇ ਪੈਰ ਵੀ ਥੱਲੋਂ ਚਿੱਟੇ ਆ ਜਿਵੇਂ ਨੀਲੀ ਰਾਵੀ ਦੇ ਹੁੰਦੇ ਆ, ਤੇ ਮਗਰਲੇ ਪੈਰ ਵੀ ਜਿਹੜੇ ਮਗਰਲੀਆਂ ਲੱਤਾਂ ਵੀ ਉਹ ਥੋੜੀਆਂ ਜਿਹੀਆਂ ਚਿੱਟੀਆਂ। ਪੂਛ ਤੁਸੀਂ ਦੇਖ ਸਕਦੇ ਆ, ਬਾਕੀ ਇਹਦੇ ਜਿਹੜੇ ਪੁੜੇ ਆ ਦੋਸਤੋ ਬਹੁਤ ਵਧੀਆ ਚੌੜਾ ਪੁੜਾ ਭਾਰਾ ਇਹਦਾ, ਮਤਲਬ ਤੁਸੀਂ ਦੇਖ ਸਕਦੇ ਆ। ਦੂਜੇ ਸੂਏ ਝੋਟੀ ਸੂਣ ਵਾਸਤੇ ਗੱਬਣ ਹੈ, ਬਾਕੀ ਤੋਰ ਕੇ ਤੁਹਾਨੂੰ ਦਿਖਾਵਾਂਗੇ। ਥਣ ਲੇਵੇ ਦੀ ਬਾਈ ਜੀ ਹੋਰਾਂ ਵੱਲੋਂ ਗਰੰਟੀ ਹੈ ਤੁਸੀਂ, ਬਾਕੀ ਹਰੇਕ ਵੀਡੀਓ 'ਚ ਇਹ ਬੇਨਤੀ ਹੁੰਦੀ ਹੈ ਮੇਰੇ ਵੱਲੋਂ ਵੀ ਤੁਸੀਂ ਪਸ਼ੂ ਖਰੀਦਣਾ ਤਾਂ ਇੱਕ ਵਾਰ ਆ ਕੇ ਜ਼ਰੂਰ ਦੇਖੋ, ਪਸ਼ੂ ਨੂੰ ਚੋ ਕੇ ਦੇਖੋ, ਚੈੱਕ ਪਾਸ ਕਰੋ, ਕਿਉਂਕਿ ਫਿਰ ਹੀ ਤਸੱਲੀ ਹੁੰਦੀ ਹੈ। ਜਦੋਂ ਪੈਸੇ ਲਾਉਣੇ ਆ ਆਪਣੀ ਡਿਊਟੀ ਹੈ, ਆਪਣਾ ਫਰਜ਼ ਹੈ ਵੀ ਆਪਾਂ ਪੂਰੀ ਤਸੱਲੀ ਕਰਕੇ ਪਸ਼ੂ ਦਾ ਸੌਦਾ ਕਰੀਏ। ਬਾਕੀ ਇਹ ਤੋਰ ਕੇ ਵੀ ਦਿਖਾਉਣੇ ਆ, ਰੇਟ ਵਗੈਰਾ ਆਪਾਂ ਬਾਈ ਜੀ ਹੋਰਾਂ ਤੋਂ ਪੁੱਛ ਲੈਂਦੇ ਹਾਂ। ਸੁਖਜੀਤ ਬਾਈ ਇਹਦਾ ਕੀ ਰੇਟ ਕਰਦੇ ਆਪਾਂ? ਇਹਦਾ ਬਾਈ 65,000 ਰੁਪਇਆ ਮੁੱਲ ਹੈ ਜੀ। 65,000? ਹਾਂਜੀ। ਤੇ ਇਹਦੇ 'ਚੋਂ ਬਾਈ ਮਾਨਤਾਨ? ਮਾਨਤਾਨ ਜੀ ਥੋੜ੍ਹਾ ਬਹੁਤਾ ਹੋ ਜੂਗਾ, ਜਮੇ ਜਾਏ ਜੀ ਰੱਖਿਆ ਜੀ, ਹੁਣ ਕਿੱਲਾ ਬਹੁਤ ਜ਼ਿਆਦਾ ਤੇਜ਼ ਹੋਇਆ ਪਿਆ, ਸਾਫ਼ ਸੁਥਰਾ ਡੰਗਰ ਨਹੀਂ ਮਿਲਦਾ ਜੀ, ਸਾਡਾ ਹੀ ਕਰਦਾ ਜੀ, ਹਿਸਾਬ ਨਾ ਮਿਲੇ ਪੜਤੇ ਨਾ ਦੇਗੇ ਜੀ। ਠੀਕ ਹੈ, ਕੀ ਕਰਕੇ ਸਾਨੂੰ ਗਾਹਾਂ ਤੋਂ ਮਿਲ ਨਹੀਂ ਰਿਹਾ ਜੀ ਜਾਨਵਰ। ਠੀਕ ਹੈ, ਤੇ ਇਹਦੇ ਮਗਰ ਕੱਟਾ ਦੱਸਿਆ ਆਪਾਂ ਹਨਾ? ਹਾਂਜੀ, ਇਹ ਮਗਰ ਉਹ ਕੱਟਾ ਖੜਾ ਜੀ ਬੂਰਾ। ਠੀਕ ਹੈ, ਕਿਸਾਨ ਵੀਰੋ ਦੇਖ ਸਕਦੇ ਹੋ ਤੁਸੀਂ, ਇਹ ਬੂਰੇ ਰੰਗ ਦਾ ਇਹਦੇ ਮਗਰ ਕੱਟਾ ਹੈ, ਬਹੁਤ ਸੋਹਣਾ ਕੱਟਾ ਹੈ। ਹਾਲਾਂਕਿ ਚਲੋ ਸੰਭਾਲ ਜਿਹੜੀ ਆ ਉਹ ਅੱਗੋਂ ਬਾਈ ਜੀ ਹੋਰਾਂ ਨੇ ਕਰਨੀ ਹੁੰਦੀ ਹੈ, ਜਿੱਦਾਂ ਦਾ ਬੱਚਾ ਸਾਂਭਿਆ ਜਾਂਦਾ ਉਸ ਹਿਸਾਬ 'ਤੇ ਰਹਿੰਦੇ ਆ। ਅਤੇ ਇਹਦਾ ਮੂੰਹ ਵੀ ਤੁਹਾਨੂੰ ਦਿਖਾ ਦਿੰਦੇ ਹਾਂ, ਤੁਹਾਨੂੰ ਕੱਟੇ ਦੀ ਉਮਰ ਦਾ ਅੰਦਾਜ਼ਾ ਹੋ ਜੂਗਾ ਇਹ ਕੱਟਾ ਦੋਸਤੋ ਇਹਦੇ ਮਗਰ। ਬਾਕੀ ਕਿਸਾਨ ਵੀਰ ਤੋਰ ਕੇ ਤੁਹਾਨੂੰ ਇਹ ਦਿਖਾ ਦਿੰਦੇ ਹਾਂ, ਝੋਟੀ ਬਹੁਤ ਸੋਹਣੇ ਸਰੀਰ ਦੀ ਲਿਆ ਬਾਈ, ਮੋੜ ਲਾ, ਉੱਚਾ ਲੰਬਾ ਕਰਦਾ ਦੋਸਤੋ ਇਹਦਾ। ਬਾਕੀ ਕੋਸ਼ਿਸ਼ ਕਰੂੰਗਾ ਨੇੜੇ ਤੋਂ ਤੁਹਾਨੂੰ ਬਿਲਕੁਲ ਦਿਖਾਉਣ ਦੀ। ਬੂਰੇ ਰੰਗ ਦੇ ਵਿੱਚ ਬਹੁਤ ਸੋਹਣੀ ਝੋਟੀ,
चौड़े पुड़िया की है, चंगा टीका लवा के नीलीरा भी नसल जी तो बहुत सोहनी तैयार की जा सकती है। थान थोन दिखा दें, बहुत सोहना मुठ्ठी वाला थान है दोस्तों, मिल्क वेन ये बहुत सोहनी आँदी है। पिछों की थोनों मैं हवाना दिखाने की कोशिश करदा, देख सकते हैं तुसी निखड़वे बिथी वाले थान है। सुखजीत भाई ये जो पिछला थान है बहनी वाले पासे तो वह थोड़ा जहा उच्चा लगता, वह कारण है ਉਹਨਾਂ ਹੀ ਅੱਜ ਸਵੇਰੇ ਕੱਟਾ ਖੁੱਲ ਗਿਆ ਸੀਗਾ ਜੀ ਬਈ ਸੀ ਠੀਕ ਹੈ ਚੌਂਕ ਹੈ ਜੀ ਠੀਕ ਹੈ ਤੇ ਫਿਰ ਵੀ ਤੁਸੀਂ ਅੱਜ ਸੋਡਾ ਆਉਣਾ ਹੋ ਗਿਆ ਜੀ ਸਾਥੋਂ ਦੱਸਿਆ ਨਹੀਂ ਗਿਆ ਜੀ ਮਾਫੀ ਚਾਹੁੰਦੇ ਆ ਤੇ ਵੈਸੇ ਵੀਰੇ ਦੇਖ ਕੋਈ ਵੀਰਾਂ ਵੀਰ ਕੋਈ ਦੂਰੋਂ ਆਉਂਦਾ ਹੈ ਨਾ ਆ ਕੇ ਵੀ ਉਹਨੇ ਦੇਖ ਹੀ ਲੈਣਾ ਹੁੰਦਾ ਕੋਈ ਉਸ ਥਣ ਦੇ ਵਿੱਚ ਕੋਈ ਘਾਟ ਹੋਵੇ ਜਾਂ ਇਦਾਂ ਦੀ ਕੋਈ ਗੱਲ ਆਪਾਂ ਦੇ ਅੰਦਰ ਬੈਠੇ ਆ ਜੀ ਚੁਆਈ ਕਰਕੇ ਲੈ ਕੇ ਜਾਵੇ ਜਿਹੜਾ ਉਹਦੇ ਫੁੱਲ ਤਸੱਲੀ ਕਰ ਲਈ ਠੀਕ ਹੈ ਮਤਲਬ ਆਪਣੇ ਵੱਲੋਂ ਪੂਰੇ ਆ ਥਣ ਬਿਲਕੁਲ ਹੈ ਨਾ ਠੀਕ ਹੈ ਦੋਸਤੋ ਇਹ ਗੱਲ ਮੈਂ ਪਹਿਲਾਂ ਵੀ ਕਹੀ ਹੈ ਵੀ ਜੇ ਪਸ਼ੂ ਕਿਸੇ ਵੀਰ ਨੇ ਖਰੀਦਣਾ ਤਾਂ ਉਹਦੀ ਜ਼ਿੰਮੇਵਾਰੀ ਆ ਉਹਨੂੰ ਤੁਸੀਂ ਜਿਹੜਾ ਪੂਰਾ ਤਸੱਲੀ ਕਰਕੇ ਤੁਸੀਂ ਚੋ ਕੇ ਦੇਖੋ ਮੈਂ ਇੱਧਰਲੇ ਏਰੀਏ 'ਚ ਕੁਦਰਤੀ ਆਉਣਾ ਸੀਗਾ ਅਤੇ ਵੀਡੀਓ ਬਣਾਉਣ ਆ ਗਏ ਬਾਈ ਨਾਲ ਗੱਲਬਾਤ ਹੋਈ ਸੀ ਜੇ ਇਹ ਦੱਸ ਦਿੰਦੇ ਵੀ ਕੱਟਾ ਚੁੰਘਿਆ ਇੱਕ ਥਾਨ ਨੂੰ ਤਾਂ ਫਿਰ ਆਪਾਂ ਅੱਜ ਵੀਡੀਓ ਨਾ ਬਣਾਉਂਦੇ ਹੋ ਸਕਦਾ ਇੱਕ ਅੱਧਾ ਦਿਨ ਰੁੱਕ ਕੇ ਵੀਡੀਓ ਬਣਾ ਲੈਂਦੇ ਨਾਲੇ ਹੋ ਸਕਦਾ ਸੀ ਵੀ ਇਹ ਝੋਟੀ ਜਿਹੜਾ 6 ਕਿਲੋ ਦੁੱਧ ਚੋ ਕੇ ਲਿਆਉਂਦੀ ਸੀ ਤਾਂ ਇੱਕ ਦੋ ਦਿਨਾਂ ਤੱਕ ਉਹਨੇ ਦੁੱਧ 'ਤੇ ਆ ਜਾਂਦੀ ਬਾਕੀ ਬਾਈ ਜੀ ਹੋਰਾਂ ਕੋਲ ਹਰੇ ਪੱਠੇ ਦੀ ਥੋੜ੍ਹੀ ਸਮੱਸਿਆ ਤੂੜੀ ਚੱਲ ਰਹੀ ਹੈ ਉਹਦੇ ਕਰਕੇ ਵੀ ਪਸ਼ੂ ਉਹਨਾਂ ਚੰਗਾ ਦੁੱਧ 'ਤੇ ਨਹੀਂ ਆਉਂਦਾ। ਧੰਨਵਾਦ ਦੋਸਤੋ ਵੀਡੀਓ ਦੇਖਣ ਵਾਸਤੇ, ਇਹ ਝੋਟੀ ਤੁਹਾਨੂੰ ਕਿਵੇਂ ਦੀ ਲੱਗੀ ਜੇ ਕਿਸੇ ਵੀਰ ਦੇ ਪਸੰਦ ਆਉਂਦੀ ਆ ਕੰਟੈਕਟ ਨੰਬਰ ਬਾਈ ਸੁਖਜੀਤ ਦਾ ਜਿਹੜਾ ਸਕਰੀਨ 'ਤੇ ਚੱਲ ਰਿਹਾ ਤੁਸੀਂ ਇਸ ਨੰਬਰ ਦੇ ਉੱਤੇ ਫੋਨ ਕਰਕੇ ਸੌਦਾ ਕਰ ਸਕਦੇ ਆ। ਇਹ ਤੋਂ ਪਹਿਲਾਂ ਇੱਕ ਝੋਟੀ ਦੀ ਵੀਡੀਓ 4-5 ਦਿਨ ਪਹਿਲਾਂ ਪਾਈ ਸੀ ਉਹ ਦੋਸਤੋ ਉਸੇ ਦਿਨ ਹੀ ਸੇਲ ਹੋ ਗਈ ਸੀ ਜਿਸ ਦਿਨ ਵੀਡੀਓ ਪਾਈ ਸੀ। ਅੱਜ ਇਹ ਝੋਟੀ ਵਿਕਾਊ ਆ, ਜੇ ਕਿਸੇ ਵੀਰ ਦੇ ਪਸੰਦ ਆਉਂਦੀ ਆ ਤਾਂ ਤੁਸੀਂ ਸੌਦਾ ਕਰ ਸਕਦੇ।